ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਰਵਿੰਦਰ ਕੌਰ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਫਿਰ ਆਪਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ ਹਾਜ਼ਰ ਹੋਏ ਹਾਂ। ਸੋ ਸ਼ੁਰੂ ਕਰਦੇ ਹਾਂ ਆਪਾਂ। ਪੜ੍ਹਾਈ ਕਰਦੇ ਸਮੇਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ? ਪੜ੍ਹਾਈ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਅਹਿਮ ਹਿੱਸਾ ਹੈ, ਇਸ ਤੋਂ ਬਿਨਾਂ ਅਸੀਂ ਜ਼ਿੰਦਗੀ ਦੇ ਵਿੱਚ ਅਧੂਰੇ ਹਾਂ। ਪੜ੍ਹਾਈ ਕਰਦੇ ਸਮੇਂ ਕਦੇ ਵੀ ਲੇਟ ਕੇ ਪੈ ਕੇ ਨਹੀਂ ਪੜ੍ਹਨਾ ਚਾਹੀਦਾ। ਪੜ੍ਹਾਈ ਹਮੇਸ਼ਾ ਮੇਜ਼ ਕੁਰਸੀ ਲਾ ਕੇ ਕਰਨੀ ਚਾਹੀਦੀ ਹੈ। ਪੜ੍ਹਦੇ ਸਮੇਂ ਤੁਹਾਡੇ ਪੈਰ ਨਹੀਂ ਹਿੱਲਣੇ ਚਾਹੀਦੇ ਅਤੇ ਨਾ ਹੀ ਧਿਆਨ ਇੱਧਰ ਉੱਧਰ ਹੋਣਾ ਚਾਹੀਦਾ ਹੈ। ਜਿੰਨਾ ਵੀ ਸਮਾਂ ਤੁਸੀਂ ਪੜ੍ਹਦੇ ਹੋ ਉਸਨੂੰ ਪੂਰੀ ਇਕਾਗਰਤਾ ਨਾਲ ਪੜ੍ਹੋ। ਪੜ੍ਹਿਆ ਹੋਇਆ ਜ਼ਿਆਦਾ ਸਮੇਂ ਤੱਕ ਯਾਦ ਰਹਿੰਦਾ ਹੈ। ਕੋਈ ਜ਼ਰੂਰੀ ਨਹੀਂ ਕਿ ਤੁਸੀਂ ਟਾਈਮ ਟੇਬਲ ਬਣਾ ਕੇ ਹੀ ਪੜ੍ਹੋ। ਜਦੋਂ ਵੀ ਤੁਹਾਡਾ ਮਾਇੰਡ ਫਰੈਸ਼ ਹੋਵੇ ਉਦੋਂ ਤੋਂ ਹੀ ਤੁਸੀਂ ਪੜ੍ਹਨਾ ਸ਼ੁਰੂ ਕਰ ਦਿਓ। ਪੜ੍ਹਦੇ ਸਮੇਂ ਆਪਣੇ ਟੇਬਲ 'ਤੇ ਕਦੇ ਵੀ ਫੋਨ ਨਾ ਰੱਖੋ। ਫੋਨ ਬੰਦ ਕਰਕੇ ਸਾਇਲੈਂਟ ਮੋਡ 'ਤੇ ਲਾ ਕੇ ਦੂਜੇ ਕਮਰੇ ਵਿੱਚ ਰੱਖ ਦਿਓ। ਜਦੋਂ ਵੀ ਤੁਸੀਂ ਕੁਝ ਪੜ੍ਹਦੇ ਹੋ ਤਾਂ ਤੁਸੀਂ ਉਸ ਦੇ ਮੇਨ ਪੁਆਇੰਟ ਜ਼ਰੂਰ ਨੋਟ ਕਰੋ ਤਾਂ ਜੋ ਤੁਹਾਨੂੰ ਲਿਖਿਆ ਹੋਇਆ ਹਮੇਸ਼ਾ ਯਾਦ ਰਹੇ। ਕੋਈ ਵੀ ਪਾਠ ਜਾਂ ਟੌਪਿਕ ਨੂੰ 2-3 ਵਾਰ ਜ਼ਰੂਰ ਪੜ੍ਹੋ। ਜਿੰਨੀ ਵੀ ਤੁਸੀਂ ਰਿਵੀਜ਼ਨ ਕਰੋਗੇ ਓਨਾ ਹੀ ਵਧੀਆ ਤਰੀਕੇ ਦੇ ਨਾਲ ਤੁਹਾਡੇ ਯਾਦ ਰਹੇਗਾ। ਕਿਸੇ ਵੀ ਟੌਪਿਕ ਨੂੰ ਰੱਟਾ ਲਾਉਣ ਦੀ ਕੋਸ਼ਿਸ਼ ਨਾ ਕਰੋ, ਉਸਨੂੰ ਸਮਝਣ ਦੀ ਕੋਸ਼ਿਸ਼ ਕਰੋ ਅਤੇ ਪਿਛਲੀਆਂ ਚੀਜ਼ਾਂ ਜੋ ਤੁਸੀਂ ਹੁਣ ਤੱਕ ਪੜ੍ਹਿਆ ਉਹਦੇ ਨਾਲ ਰਿਲੇਟ ਕਰਕੇ ਪੜ੍ਹੋ ਉਹਨੂੰ। ਜਦੋਂ ਤੁਸੀਂ ਗਰੁੱਪ ਡਿਸਕਸ਼ਨ ਕਰਦੇ ਹੋ ਤਾਂ ਉਹ ਵਧੀਆ ਅਤੇ ਲੰਮੇ ਸਮੇਂ ਤੱਕ ਯਾਦ ਰਹਿੰਦਾ ਹੈ। ਅਤੇ ਗਰੁੱਪ ਡਿਸਕਸ਼ਨ ਤੋਂ ਪਹਿਲਾਂ ਕੋਸ਼ਿਸ਼ ਕਰੋ ਕਿ ਤੁਸੀਂ ਸੈਲਫ ਸਟੱਡੀ ਕੀਤੀ ਹੋਈ ਹੋਵੇ। ਫਿਰ ਵੀ ਤੁਹਾਡੇ ਡਾਊਟ ਨੇ ਤਾਂ ਉਹ ਗਰੁੱਪ ਦੇ ਵਿੱਚ ਬੈਠ ਕੇ ਸੋਲਵ ਹੋ ਸਕਦੇ ਨੇ। ਆਪਣੇ ਖਾਣੇ ਦੇ ਵਿੱਚ ਸੰਤੁਲਿਤ ਭੋਜਨ ਨੂੰ ਸ਼ਾਮਿਲ ਕਰੋ। ਸੰਤੁਲਿਤ ਭੋਜਨ ਸਾਡੇ ਸਰੀਰ ਨੂੰ ਤੰਦਰੁਸਤ ਰੱਖਦਾ ਹੈ ਅਤੇ ਹਮੇਸ਼ਾ ਚੁਸਤੀ ਫੁਰਤੀ ਨਾਲ ਭਰਿਆ ਰਹਿੰਦਾ ਹੈ। ਕੋਸ਼ਿਸ਼ ਕਰੋ ਕਿ ਸਵੇਰੇ ਜਲਦੀ ਉੱਠ ਕੇ 5 ਮਿੰਟ ਲੰਮੇ ਲੰਮੇ ਸਾਹ ਲੈਂਦੇ ਰਹੋ ਅਤੇ ਅਨੁਲੋਮ ਵਿਲੋਮ ਕਰੋ। ਇਸ ਨਾਲ ਸਾਡੇ ਦਿਮਾਗ ਨੂੰ ਆਕਸੀਜਨ ਮਿਲਦੀ ਰਹਿੰਦੀ ਹੈ ਅਤੇ ਸਾਡਾ ਦਿਮਾਗ ਜ਼ਿਆਦਾ ਸਮੇਂ ਤੱਕ ਚੁਸਤ ਅਤੇ ਐਕਟਿਵ ਰਹਿੰਦਾ ਹੈ। ਫਾਸਟ ਫੂਡ, ਕੋਲਡ ਡਰਿੰਕਸ, ਕੌਫੀ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰੋ ਕੁਝ ਮਿੰਟਾਂ ਤੱਕ। ਇਹ ਤੁਹਾਨੂੰ ਐਕਟਿਵ ਰੱਖਣਗੇ, ਤੁਹਾਡੇ ਸਰੀਰ ਨੂੰ ਚੁਸਤੀ ਭਰਿਆ ਰੱਖਣਗੇ, ਪਰ ਬਾਅਦ ਦੇ ਵਿੱਚ ਤੁਹਾਡਾ ਸਰੀਰ ਹੈ ਜਿਹੜਾ ਉਹ ਹੌਲੀ ਹੌਲੀ ਆਲਸ ਹੋਣਾ ਸ਼ੁਰੂ ਹੋ ਜਾਵੇਗਾ। ਸੋ ਜੇ ਤੁਸੀਂ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖੋਗੇ ਤਾਂ ਤੁਸੀਂ ਜ਼ਰੂਰ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵੋਗੇ। ਤੁਹਾਡਾ ਹਮੇਸ਼ਾ ਪੜ੍ਹਾਈ ਵਿੱਚ ਮਨ ਲੱਗਿਆ ਰਹੇਗਾ। ਜਿੰਨਾ ਤੁਸੀਂ ਖੁਸ਼ ਹੋ ਕੇ ਪੜ੍ਹੋਗੇ ਓਨਾ ਹੀ ਤੁਹਾਨੂੰ ਉਹ ਸਾਰਾ ਕੁਝ ਲੰਮੇ ਸਮੇਂ ਤੱਕ ਯਾਦ ਰਹੂਗਾ ਅਤੇ ਤੁਸੀਂ ਆਪਣੀ ਜਿਹੜੀ ਜ਼ਿੰਦਗੀ ਹੈ ਉਹਨੂੰ ਇੱਕ ਵਧੀਆ ਮੰਜ਼ਿਲ ਤੱਕ ਪਹੁੰਚਾ ਸਕਦੇ ਹੋ। ਜੋ ਤੁਹਾਡੀ ਜ਼ਿੰਦਗੀ ਦਾ ਏਮ ਹੈ, ਮੰਜ਼ਿਲ ਹੈ ਤੁਹਾਡੀ, ਉਸ ਮੰਜ਼ਿਲ ਨੂੰ ਤੁਸੀਂ ਹਾਸਲ ਕਰ ਸਕਦੇ ਹੋ। ਸੋ ਇਹ ਸੀ ਆਪਣੀ ਅੱਜ ਦੀਆਂ ਮੋਟੀਵੇਸ਼ਨਲ ਗੱਲਾਂ। ਜੇ ਤੁਸੀਂ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਣੀ ਸਟੱਡੀ ਕਰੋਗੇ ਤਾਂ ਤੁਸੀਂ ਜ਼ਰੂਰ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵੋਗੇ ਅਤੇ ਤੁਹਾਨੂੰ ਸਾਰਾ ਕੁਝ ਲੰਮੇ ਸਮੇਂ ਤੱਕ ਇਹ ਚੀਜ਼ਾਂ ਯਾਦ ਰਹਿਣਗੀਆਂ। ਧੰਨਵਾਦ ਜੀ। ਜੇਕਰ ਤੁਹਾਨੂੰ ਇਹ ਮੋਟੀਵੇਸ਼ਨਲ ਗੱਲਾਂ ਵਧੀਆ ਲੱਗੀਆਂ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ, ਲਾਈਕ ਅਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ।